ਕਰਾਂਗਾ ਹਰਜੋਤ ਤੇ ਆਪਣੇ ਅਮਨ ਧਾਲੀਵਾਲ ਬਾਈ ਜੀ ਕਾਇੰਡਲੀ ਇੱਕ ਇੱਕ ਮਿੰਟ ਲਿਓ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਤੇ ਬਹੁਤ ਬਹੁਤ ਧੰਨਵਾਦ ਤੇਰੀ ਹਿੱਕੀ ਉੱਤੇ ਧਰ ਤੇਰਾ ਤਾਜ ਦਿਆਂਗੇ ਤੇਰੇ ਪੈਰਾਂ ਵਿੱਚ ਧਰ ਤੇਰਾ ਤਾਜ ਦਿਆਂਗੇ ਤੇਰੀ ਹਿੱਕੀ ਉੱਤੇ ਚਾਰ ਸਵਰਾਜ ਦਿਆਂਗੇ ਵੇਖੀ ਨੌਜਵਾਨਾਂ ਤੋਂ ਭੁਲੇਖਾ ਖਾ ਜੀ ਨਾ ਤੈਨੂੰ ਸੋਹਣੇ ਨੂੰ ਪਏ ਨੇ ਤਾਂ ਕਿ ਬਣੂਗਾ ਨਹੀਂ ਬਣਾ ਕੇ ਲੈ ਕੇ ਜਾਵਾਂਗੇ ਹੁਣ मोदी ने हुण तक बेवकूफियां कीतियां कदे जीएसटी लागू करती कदे नोटबंदी कदे आ साडे बिल साडे मत्थे मरदे आपदी मर्जी नाल पर मोदी एक चंगा काम कर गया सिर्फ एक चंगा काम कर गया साडी कौम नूं एकजुट कर गया ए एकजुटता ए भाईचारक सांझ हुण टुटणी नहीं चाहीदी ताड़ियां मार दो अपने आप दे नां ते अज यह अंदोलन कोई राजसी अंदोलन नहीं कोई धार्मिक अंदोलन नहीं यह भरावां दा प्रपे दा तौर ते अंदोलन है हरेक बंदा धर्म तो उपर उठ के आया हरेक बंदा राजनीति तो उपर उठ के आया ते प्रपा साडा आई रहना चाहिए चढ़दी कला च रहना चाहिए ते दूजी गल एक छोटी जी एग्जाम्पल देनी चाहना अमरीका दे विच अज तो कुछ महीने पहला प्रोटेस्ट हुई सी कालियां दी बस दो मिनट भाई जी ਕਾਲਿਆਂ ਦੀ ਪ੍ਰੋਟੈਸਟ ਹੋਈ ਸੀ ਬਲੈਕ ਪੀਪਲ ਪ੍ਰੋਟੈਸਟ ਅਮਰੀਕਾ ਆਪਣੇ ਤੋਂ ਬਹੁਤ ਅਗਾਹ ਵਧੂ ਕੰਟਰੀ ਹੈ ਪੜ੍ਹੀ ਲਿਖੀ ਕੰਟਰੀ ਹੈ ਉਹਨਾਂ ਦੀ ਪ੍ਰੋਟੈਸਟ ਹੋਈ ਸੀ ਤਾਂ ਉਹਨਾਂ ਲੋਕਾਂ ਨੇ ਆਪਣੇ ਹੱਕਾਂ ਲਈ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤੀ ਦੁਕਾਨਾਂ ਲੁੱਟੀਆਂ ਗਈਆਂ ਗੱਡੀਆਂ ਭੰਨੀਆਂ ਗਈਆਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਉਸ ਪੜ੍ਹੀ ਲਿਖੀ ਕੰਟਰੀ ਦੇ ਵਿੱਚ ਪਰ ਅੱਜ ਇੱਥੇ ਜਿਨ੍ਹਾਂ ਨੂੰ ਇਹਨਾਂ ਨੇ ਅੱਤਵਾਦੀ ਕਿਹਾ ਟੈਰਰਿਸਟ ਕਿਹਾ ਸਾਡੀਆਂ ਧੀਆਂ ਪੈਣਾ ਸਾਡੀਆਂ ਮਾਵਾਂ ਅੱਜ ਇਸ ਅੰਦੋਲਨ ਦੇ ਵਿੱਚ ਸਾਡੇ ਨਾਲ ਬੈਠੀਆਂ ਨੇ ਸੇਵਾ ਕਰ ਰਹੀਆਂ ਨੇ ਉਹਨਾਂ ਦੇ ਚਿਹਰੇ ਤੇ ਹੌਸਲਾ ਹੈ ਕਿ ਉਹ ਆਪਣੇ ਵੀਰਾਂ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਵਿੱਚ ਬੈਠੀਆਂ ਇਸ ਤੋਂ ਵੱਡੀ ਚੜ੍ਹਦੀ ਕਲਾ ਵਾਲੀ ਕੌਮ ਇਸ ਤੋਂ ਵੱਡੀ ਦਰਿਆ ਦਿਲੀ ਵਾਲੀ ਕੌਮ ਮੈਨੂੰ ਲੱਗਦਾ ਨਹੀਂ ਜ਼ਿੰਦਗੀ 'ਚ ਕੋਈ ਹੋ ਸਕਦੀ ਹੈ ਲੰਗਰ ਲੱਗੇ ਹੋਏ ਨੇ प्रसादे वंडे जा रहे ने प्रसादे सकाए जा रहे ने सो दोस्तों साडे बाजां वाले दी साडे गुरु महाराज दी साडे ते कृपा है ये शांतमई अंदोलन है जिहड़ा इदां ही रहना चाहिए इहदे विच देखो किते कोई खल्लर मचाउण वाला बंदा कोई वड़ ना जावे बिल्कुल नहीं वड़न देना असीं अपनी कौम दा नां उच्चा करता ते इदां ही उच्चा करना है सो वाहिगुरु जी का खालसा वाहिगुरु जी की फतेह जिउंदे रहो।